ਤੁਹਾਡੇ ਨਾਲ ਆਪਣਾ ਪੰਜਾਬੀ ਕਲਾਮ ਦਾ ਸਿਲਸਿਲਾ ਸ਼ੁਰੂ ਕੀਤਾ ਇੱਕ ਲਾਪੇ ਦੇ ਨਾਂ ਤੋਂ ਅਤੇ ਚੰਦ ਸ਼ੇਰ ਪੇਸ਼ ਕਰ ਰਿਹਾ ਇੱਕ ਲਾਪੇ ਦੇ ਨਾਲ ਹਵਾਲੇ ਨਾਲ। ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਵੇਖਾਂਗੇ, ਅੱਗ ਇਸ਼ਕ ਦੀ ਅੰਦਰ ਲਾ ਕੇ ਵੇਖਾਂਗੇ। ਸਾਰੇ ਕਹਿੰਦੇ ਰੱਬ ਦਿਲਾਂ ਵਿੱਚ ਵੱਸਦਾ ਏ, ਹੁਣ ਅਸੀਂ ਨਾ ਕਾਬੇ ਜਾ ਕੇ ਵੇਖਾਂਗੇ। ਇਸ਼ਕ ਮਸੀਤੀ ਪੱਟੀ ਲੈ ਕੇ ਬਹਿ ਗਏ ਹਾਂ, ਦਿਲ ਦੇ ਅੰਦਰ ਯਾਰ ਬੁਲਾ ਕੇ ਵੇਖਾਂਗੇ। ਇਸ਼ਕ ਦਾ ਪੈਂਡਾ ਸਭ ਤੋਂ ਔਖਾ ਪੈਂਡਾ ਏ, ਕਿੱਕਰ ਉੱਤੇ ਫੁੱਲ ਸਜਾ ਕੇ ਵੇਖਾਂਗੇ। ਅਤੇ ਇੱਕ ਹੋਰ ਛੋਟੀ ਜਿਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਇੰਨੇ ਸੋਹਣੇ ਲੋਕ ਵੀ ਚੰਗੇ ਨਹੀਂ ਹੁੰਦੇ, ਇੰਨੇ ਸੋਹਣੇ ਲੋਕ ਵੀ ਚੰਗੇ ਨਹੀਂ ਹੁੰਦੇ, ਦਿਲ ਦੇ ਭੈੜੇ ਸ਼ੌਕ ਵੀ ਚੰਗੇ ਨਹੀਂ ਹੁੰਦੇ। ਇੱਕੋ ਰਾਈ ਪਿਆਰ ਦੀ ਚੰਗੀ ਹੁੰਦੀ ਏ, ਦਿਲ ਵਿੱਚ ਬਹੁਤੇ ਚੌਕ ਵੀ ਚੰਗੇ ਨਹੀਂ ਹੁੰਦੇ। ਆਖਰੀ ਇੱਕ ਛੋਟੀ ਜਿਹੀ ਗਜ਼ਲ ਹੈ ਪੰਜਾਬੀ, ਅਤੇ ਫਿਰ ਤੁਹਾਨੂੰ ਇਜਾਜ਼ਤ ਲਵਾਂਗਾ। ਆਪਣਾ ਆਪ ਗਵਾ ਬੈਠਾ ਵਾਂ, ਕੋਲੋਂ ਧੋਖਾ ਖਾ ਬੈਠਾ ਵਾਂ, ਹੰਝੂ ਅੱਖਦੇ ਸੁੱਕਦੇ ਨਹੀਂ ਢਾਡੀ ਸੱਟ ਲਵਾ ਬੈਠਾ ਵਾਂ। ਇਹ ਕੋਈ ਭੇਤੀ ਕਰਦਾ ਸੀ, ਹੋ ਕੇ ਅੱਜ ਤਬਾਹ ਬੈਠਾ ਵਾਂ। ਸੱਚੀ ਗੱਲ ਨੂੰ ਮੰਨਦੀ ਨਹੀਂ, ਸ਼ੱਕ ਦਾ ਫੰਦਾ ਪਾ ਬੈਠਾ ਵਾਂ। ਬਹੁਤ ਸ਼ੁਕਰੀਆ। ਅਮੀਨ ਕੁੰਜਾਈ।